ਸਤਿ ਸ਼੍ਰੀ ਅਕਾਲ ਜੀ, ਗੁੱਡ ਮੋਰਨਿੰਗ ਦੋਸਤੋ। ਨਵੀਂ ਦਿਨ ਨਵੀਂ ਵੀਡੀਓ 'ਚ ਤੁਹਾਡਾ ਬਹੁਤ ਬਹੁਤ ਸਵਾਗਤ ਹੈ। ਅੱਜ ਤਰੀਕ 29 ਦਸੰਬਰ 2023 ਹੈ, ਸ਼ੁੱਕਰਵਾਰ ਦਾ ਦਿਨ ਹੈ ਅਤੇ ਹੁਣ ਦੁਪਹਿਰ ਦੇ 1:30 ਹੋਏ ਹੈ। ਆਪਾਂ ਨੂੰ ਇੱਕ ਦੋ ਕੰਮ ਹੈ ਮੋਹਾਲੀ ਚੱਲੇ ਹਾਂ ਮਾਰਕੀਟ ਦੇ ਵਿੱਚ, ਅਤੇ ਆਪਾਂ ਜਿਹੜੀ ਗੱਡੀ ਲਈ ਉਹਦੇ ਵਿੱਚ ਬੂਫਰ ਵੀ ਆਪਾਂ ਨੇ ਫਿੱਟ ਕਰਵਾਉਣਾ ਹੈ, ਹੋਰ ਵੀ ਨਿੱਕੇ ਮੋਟੇ ਜਿਹੜੇ ਕੰਮ ਹੈ ਉਹ ਆਪਾਂ ਕਰਨੇ ਹੈ। ਅਤੇ ਵੀਡੀਓ ਦੇ ਐਂਡ ਤੱਕ ਬਣੇ ਰਹੋ, ਵੀਡੀਓ ਨੂੰ ਸ਼ੇਅਰ ਕਰਿਓ। ਅਤੇ ਇੱਕ ਗੱਲ ਹੋਰ ਤੁਹਾਨੂੰ ਦੱਸਣੀ, ਆਪਾਂ ਗੱਡੀ ਲਈ ਸੀਗੀ ਇਹ 11 ਦਸੰਬਰ ਨੂੰ, ਅੱਜ ਹੋ ਗਈ 29 ਦਸੰਬਰ। ਅੱਜ ਆਪਣੀ ਗੱਡੀ ਦੀ RC ਬਣ ਕੇ ਆ ਗਈ। ਇਸ ਤਰ੍ਹਾਂ ਕਰਕੇ ਸਮਾਰਟ ਕਾਰਡ ਜਿਹੜੇ ਹੁੰਦੇ ਹੈ ਡਿਪਾਰਟਮੈਂਟ ਆਫ ਟਰਾਂਸਪੋਰਟ ਸਮਾਰਟ ਕਾਰਡ ਕਵਰ, ਇਹਦੇ ਵਿੱਚ ਆਪਾਂ ਨੂੰ RC ਅੱਜ ਬਾਈ ਪੋਸਟ ਪਹੁੰਚ ਗਈ ਸੀਗੀ ਅਤੇ ਬੜਾ ਫਾਸਟ ਸੋਹਣਾ ਕੰਮ ਹੋ ਜਾਂਦਾ। ਤਕਰੀਬਨ ਹਫ਼ਤਾ ਕੁ ਪਹਿਲਾਂ ਆਪਾਂ ਨੇ ਡਾਕੂਮੈਂਟ ਦੇ ਹੈ ਅਤੇ 5-7 ਦਿਨ ਦੇ ਵਿੱਚ ਆਪਣੀ ਜਿਹੜੀ RC ਬਣ ਕੇ ਘਰ ਆ ਗਈ। ਹੁਣ ਗੱਡੀ ਆਪਣੇ ਨਾ ਹੋ ਗਈ ਹੈ ਅਤੇ ਦੂਜਾ ਕੰਮ ਰਹਿ ਗਿਆ ਇਹਦਾ, ਫਾਸਟੈਗ ਲਵਾਉਣ ਦਾ। ਫਾਸਟੈਗ ਜਿਹੜਾ ਲੱਗਿਆ ਹੋਇਆ, ਦਰਅਸਲ ਜਿਨ੍ਹਾਂ ਵੱਲੋਂ ਆਪਾਂ ਗੱਡੀ ਲਈ ਹੈ ਉਹਨਾਂ ਦਾ ਹੀ ਲੱਗਿਆ ਹੋਇਆ, ਇਹ ਡੀਐਕਟੀਵੇਟ ਹੈ ਅਤੇ ਥੋੜ੍ਹੇ ਦਿਨ ਤੱਕ ਆਪਾਂ ਨੇ ਆਪਣਾ ਫਾਸਟੈਗ ਵੀ ਲਾ ਦੇਣਾ ਅਤੇ ਅੱਜ ਫਿਲਹਾਲ ਆਪਾਂ ਚੱਲੇ ਮਾਰਕੀਟ ਬੂਫਰ ਵਗੈਰਾ ਫਿੱਟ ਕਰਾਉਣੇ ਇਹਦੇ 'ਚ। ਲਓ ਜੀ, ਪਹੁੰਚ ਗਏ ਆਪਾਂ ਜੀ ਮਾਰਕੀਟ, 10 ਫੇਸ ਦੀ ਮਾਰਕੀਟ ਮੋਹਾਲੀ ਦੀ। ਇੱਥੇ ਵੀ ਇੱਕ ਦੋ ਕੰਮ ਹੈ ਆਪਾਂ ਨੂੰ, ਫਿਰ ਚੱਲਦੇ ਹਾਂ। ਉਸ ਤੋਂ ਬਾਅਦ ਅੱਗੇ 7 ਫੇਸ ਦੀ ਜਿਹੜੀ ਮੇਨ ਮਾਰਕੀਟ ਹੈ, ਉੱਥੇ ਕਾਰ ਮਾਰਕੀਟ ਬਣੀ ਹੋਈ ਹੈ ਅਤੇ ਉੱਥੇ ਆਪਣੇ ਜਾਣਕਾਰ ਹੈਗੇ ਬੰਦੇ, ਬੂਫਰ ਵਗੈਰਾ ਫਿੱਟ ਕਰਵਾਉਂਦੇ ਹਾਂ। ਲਓ ਜੀ, ਹੁਣ ਆਪਾਂ ਆ ਗਏ ਹਾਂ 4 ਫੇਸ ਦੀ ਮਾਰਕੀਟ ਮੋਹਾਲੀ। ਇੱਥੇ ਆਪਾਂ ਜਿਹੜਾ ਇੱਕ ਸ਼ੋਪ ਬਣੀ ਹੋਈ ਜਿੱਥੇ ਪੰਛੀਆਂ ਦਾ ਸਮਾਨ ਮਿਲਦਾ, ਜਿੱਥੋਂ ਆਪਾਂ ਨੇ ਆਸਟ੍ਰੇਲੀਅਨ ਬਰਡਸ ਲਏ ਸੀਗੇ ਪੈਰਾਕਿਟਸ, ਉਹਨਾਂ ਦਾ ਦਾਣਾ ਵਗੈਰਾ ਲੈਣਾ ਹੈ। ਲਓ ਜੀ, ਤਕਰੀਬਨ ਆਪਣੇ ਹੋਰ ਜਿਹੜੇ ਛੋਟੇ ਮੋਟੇ ਕੰਮ ਤੇ ਸਾਰੇ ਨਿਬੜ ਗਏ। 10 ਫੇਸ ਵੀ ਜਾ ਆਏ ਆਪਾਂ, ਗੈਸ ਏਜੰਸੀ ਜਾ ਕੇ ਆਏ ਹਾਂ ਅਤੇ ਹੁਣ ਆਪਣਾ ਰਹੇਗਾ ਮੇਨ ਜਿਹੜਾ ਬੂਫਰ ਦਾ ਕੰਮ। ਬਸ ਹੁਣ 7 ਫੇਸ ਆਪਾਂ ਜਾ ਰਹੇ ਹਾਂ, ਆਪਣੇ ਯਾਰ ਮਿੱਤਰ ਨੇ ਜਾਣਕਾਰ ਹੈ ਬੰਦੇ, ਉਹਨਾਂ ਕੋਲ ਆਪਾਂ ਗੱਡੀ 'ਚ ਬੂਫਰ ਫਿੱਟ ਕਰਵਾਉਣਾ ਹੈ ਅਤੇ ਨਾਲੇ ਤੁਹਾਡੇ ਨਾਲ ਗੱਲਬਾਤ ਕਰਾਉਂਦੇ ਹਾਂ, ਬੰਦੇ ਨਾਲ ਜਾਣ ਪਛਾਣ ਕਰਾਉਂਦੇ ਹਾਂ। ਲਓ ਜੀ, ਪਹੁੰਚ ਗਏ ਜੀ ਆਪਾਂ 7 ਫੇਸ। ਇਹ ਆਪਣੀ ਗੱਡੀ ਖੜ੍ਹੀ ਹੈ ਗਲੈਂਜ਼ਾ, ਅਤੇ ਇੱਥੇ ਹੋਰ ਵੀ ਕਾਫੀ ਗੱਡੀਆਂ ਦਾ ਵਗੈਰਾ ਜਿਹੜੀ ਮਾਰਕੀਟ ਬਣੀ ਹੋਈ ਹੈ, ਰਿਪੇਅਰ ਵਗੈਰਾ ਸਾਰਾ ਕੰਮ ਹੋ ਜਾਂਦਾ। ਨਹੀਂ, ਇਸ 'ਚ ਨਹੀਂ ਹੈ ਬਾਈ ਸ਼ਾਇਦ। ਲਓ ਜੀ ਬਾਈ, ਆਪਾਂ ਆ ਗਏ ਇੱਥੇ 7 ਫੇਸ। ਬਾਈ ਦਾ ਨਾਮ ਹੈ ਹੁਸੈਨ ਅਤੇ ਬਾਈ ਲੱਗਿਆ ਹੁਣ ਮਿਊਜ਼ਿਕ ਸਿਸਟਮ ਆਪਣਾ ਸੈੱਟ ਕਰਨ, ਅਤੇ ਬਾਈ ਨੇ ਬੋਲਟ ਵਗੈਰਾ ਖਿਲਾਇਆ। ਦੇਖਦੇ ਅੱਗੇ ਹੁਣ ਕਿਆ ਕਿਆ ਕੰਮ ਹੁੰਦਾ ਹੈ। ਬੂਫਰ ਆਪਣਾ ਵੈਸੇ ਪਿਆ ਡਿੱਗੀ 'ਚ, ਆਪਣੇ ਵਾਇਰਿੰਗ ਵਗੈਰਾ ਹੀ ਕਰਾਉਣੀ ਹੈ ਬਾਈ। ਇਹ ਆਪਾਂ ਨੇ ਵਾਇਰ ਲਈ ਹੈ ਬਾਈ, ਬਾਈ ਆਪਣਾ ਹੁਸੈਨ ਵਾਇਰਿੰਗ ਲੈ ਕੇ ਆਇਆ। 800 ਰੁਪਏ ਦੀ ਵਾਇਰਿੰਗ ਹੈ ਸਾਰੀ ਇਹ, ਅਤੇ ਇਹਦੇ ਨਾਲ ਹੀ ਸਾਰੀ ਫਿਟਿੰਗ ਵਗੈਰਾ ਹੋਣੀ ਹੈ। ਹੋਲ ਦੇ ਵਿੱਚੋਂ ਵਾਇਰਿੰਗ ਵਗੈਰਾ ਕੱਢਣੀ, ਤਾਂ ਕਰਕੇ ਆ ਮੈਟ ਵਗੈਰਾ ਪੱਟੇ ਇਹ। ਠੀਕ ਹੈ ਬਾਈ, ਹੋਰ ਕੋਈ ਗੱਲਬਾਤ ਦੱਸੋ? ਉਸੇ ਕਿਆ ਹੁੰਦਾ ਹੈ ਕਿ ਉਧਰ ਸੇ ਨਾ ਜੋ ਆਗੇ ਵੋਤੀ ਰਬੜ ਵਹਾਂ ਸੇ ਪ੍ਰੋਬਲਮ ਨਹੀਂ ਆਨੀ ਕਿ ਜੈਸੇ ਕਲ ਕੋਈ ਇਨਕਰੀਜ਼ ਚੂਹੇ ਵਗੈਰਾ ਆ ਜਾਏ ਜਾਂ ਕੁਛ, ਹਾਂ ਹਾਂ ਹਾਂ, ਉਹ ਨਹੀਂ ਆ ਸਕਦੇ, ਤਾਂ ਇਸ ਲਈ ਇਹ ਹੋਲ ਕੰਪਨੀ ਨੇ ਦਿਆ, ਇਧਰ ਸੀਲ ਕਰਤੇ ਆਪਾਂ ਵਾਇਰਿੰਗ। ਠੀਕ ਹੈ, ਕੰਪਨੀ ਵੱਲੋਂ ਦਿਆ ਹੋਇਆ ਹੋਲ, ਇਹਦੇ ਵਿੱਚੋਂ ਵੀ ਵਾਇਰਿੰਗ ਹੋਊਗੀ, ਕਿਉਂਕਿ ਜੇ ਆਪਾਂ ਹੋਰ ਪਾਸੇ ਕੱਢੀ ਤਾਂ ਜਿਹੜਾ ਚੂਹਾ ਹੁੰਦਾ ਉਹ ਨੁਕਸਾਨ ਵਗੈਰਾ ਕਰ ਸਕਦਾ ਹੈ।
ਕਿਤਨਾ ਖੋਲ ਲਓ ਕਹਿੰਦਾ ਨਾਲ ਨਾਲ ਸਾਈਡ ਸਾਈਡ ਤੇ ਜਾਊਗੀ ਵਾਇਰਿੰਗ ਤੇ ਬਾਅਦ ਚ ਪਤਾ ਵੀ ਲੱਗਣਾ ਕਿੱਥੇ ਵਾਇਰਿੰਗ ਹੋਈ ਹੈ। ਕੰਪਨੀ ਕੀ ਦੱਸੇਗੀ ਪਿੱਛੇ ਲਾਈਟ ਹੋਰ ਜਿਹੜਾ ਸੈਂਟਰ ਲੋਕਿੰਗ ਅੱਛਾ ਉਹ ਚੀਜ਼ ਹੈ ਪਿੱਛੇ ਜਿੰਨਾ ਵੀ ਕੰਮ ਲਾਈਟ ਦਾ ਹੈ ਉਹ ਸਭ ਇਹੀ ਹੈ ਹਾਂ ਕੰਟਰੋਲ। ਲਓ ਜੀ ਡਿੱਗੀ ਤੱਕ ਆ ਗਏ ਵਾਇਰਿੰਗ ਵਗੈਰਾ ਬਾਈ ਨੇ ਕਰਤੀ ਅੱਗੇ ਅਗਲੀ ਸੀਟ ਤੋਂ ਵੀ ਕਰਤੀ ਬੈਕ ਪਿਛਲੀ ਸੀਟ ਤੋਂ ਵੀ ਹੋ ਗਈ ਵਾਇਰ ਕੱਢ ਲਈ ਹੁਣ ਡਿੱਗੀ ਚ ਨੂੰ ਆਹ ਜਾਲੀਆਂ ਪਈਆਂ ਆਪਣੀ ਗੱਡੀ ਦੀਆਂ ਬਾਈ ਗਲੈਂਜ਼ਾ ਜਾਂ ਬਲੈਨੋ ਗੱਡੀ ਦੋਨੋਂ ਗੱਡੀਆਂ ਸੇਮ ਹੈ ਵੈਸੇ ਤੇ ਇੱਕ ਮਰੂਤੀ ਵਾਲਿਆਂ ਦੀ ਬਲੈਨੋ ਹੈ ਟੋਇਟਾ ਵਾਲਿਆਂ ਦੀ ਗਲੈਂਜ਼ਾ ਹੈ ਗੱਡੀ ਤੇ ਇਹਨਾਂ ਦੀ ਜਿਹੜੀ ਗੱਲੀ ਇਹਦੀ ਡਿੱਗੀ ਹੈ ਨਾ ਡਿੱਗੀ ਬਾਹਰ ਤੋਂ ਆਪਾਂ ਦੇਖੋਗੇ ਡਿੱਗੀ ਬਹੁਤ ਛੋਟੀ ਲੱਗਦੀ ਹੈ ਪਰ ਹੁਸੈਨ ਵੀ ਦੇਖ ਰਿਹਾ ਆਪਾਂ ਨੂੰ ਵੀ ਪਤਾ ਜਿਵੇਂ ਡਿੱਗੀ ਇਹਦੀ ਹੈ ਕਾਫੀ ਵੱਡੀ ਹੈ ਥੋੜ੍ਹੀ ਡੂੰਘੀ ਜ਼ਿਆਦਾ ਬਣਾਈ ਹੋਈ ਇਹਨਾਂ ਨੇ ਸਹੀ ਗੱਲ ਵਾਇਰ ਬਾਈ ਦੱਸਦਾ ਕਹਿੰਦਾ ਜਿੰਨੀ ਸੋਫਟ ਹੋ ਗਈ ਉਨੀ ਜ਼ਿਆਦਾ ਵਧੀਆ ਹੋ ਗਈ ਵਾਇਰ ਅਤੇ ਵੈਸੇ ਵੀ ਸਰਦੀਆਂ ਹਾਰਡ ਵਾਇਰ ਹੈ ਜਿਹੜੀ ਉਹ ਜ਼ਿਆਦਾ ਕਾਮਯਾਬ ਨਹੀਂ ਹੈ। ਕਿਸੇ ਦੀ ਬਲੈਕ ਜੀ ਵਾਇਰ ਜਿਹੜੀ ਸੀ ਉਸ ਕੋ ਕਵਰਿੰਗ ਕਰਨੇ ਕੇ ਲਈ ਅੱਛਾ ਕਵਰਿੰਗ ਵਾਸਤੇ ਮਤਲਬ ਇਹ ਕਹਿ ਲਓ ਵੀ ਦਿਖਾਈ ਨਾ ਦੇ ਹਾਂ 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 ਬੇਟਾ ਇਹ ਇਸਮੇਂ ਟੋ ਦੇ ਠੀਕ ਹੈ ਤੇ ਆ ਬਲੈਕ ਵਾਇਰ ਹੈ ਜਿਹੜੀ ਆਪਾਂ ਉੱਪਰ ਕਰ ਰਹੇ ਹਾਂ ਬਾਜੀ ਕਵਰਿੰਗ ਵਾਸਤੇ ਹੈ ਵੀ ਵੈਸੇ ਘਰ ਜਾਣੇ ਦਾ ਟਾਈਮ ਤੋਂ ਮੈਂ ਵੀ ਥੋੜਾ ਲੇਟ ਹੋ ਗਿਆ ਬਸ ਨਾ ਪਹਿਲਾਂ ਹੋਰ ਕੰਮ ਤੇ ਥੋੜੇ ਜਿਹੇ ਸੋਕਸਨ ਨੇ ਕਹਿ ਦਿਆ ਤਾਂ ਮੈਂ ਚਲੋ ਹਾਂ ਹਾਂ ਅਣਜਾਣ ਬੰਦੇ ਤੋਂ ਮੰਨੇ ਗਏ ਹਾਂਜੀ ਹਾਂਜੀ ਬਾਈ ਨੇ ਲਾਈਟਾਂ ਪਾਉਣਾ ਆਏ ਹੋਏ ਗੱਡੀ 'ਚ ਲਾਈਟਾਂ ਪਾਈਆਂ ਅਤੇ ਇੱਥੇ ਇੱਕ ਦੋ ਥਾਰ ਵੀ ਲੱਗੀ ਹੋਈ ਹੈ ਇਹਨਾਂ 'ਚ ਵੀ ਬੂਫਰ ਵਗੈਰਾ ਫਿੱਟ ਹੋ ਰਹੇ ਹੈ। ਲਓ ਜੀ ਹੋ ਗਈ ਬਾਈ ਸੈਟਿੰਗ ਸਾਰੀ ਪੈਰ ਨੀਚੇ ਗੰਦੇ ਰਹੇ ਹਾਂ ਤਾਂ ਹੀ ਰੱਖੇ ਪੈਰ ਪਤਾ ਕੌਣ ਸਾ ਹੋ ਰਹੇ ਹਾਂ ਮਾਰੇ ਹਾਂ ਮਾਰਕੀਟ ਮੇਂ ਉਹ ਮੋਬਿਲ ਲੈ ਬਗਲੇ ਵਾਲੇ ਪੈਰ ਉਹ ਮਾਰਕੀਟ ਜਾ ਫੇ ਪੈਰਾਂ 'ਚ ਸਭ ਸੋ ਕੁਛ ਲੱਗੀ ਜਾਂਦਾ ਹੈ ਨਹੀਂ ਯਹਾਂ ਵਾਲੇ ਜੋ ਹੈ ਉਹ ਇੱਕਦਮ ਗਾੜੀ ਉਕਾਲੀ ਕਰ ਦੇਗੇ ਹਾਂ ਯਹਾਂ ਮੋਬਿਲ ਹੈ ਨਾ ਬਿਲਕੁਲ ਠੀਕ ਹੈ ਇਸ ਕੋ ਨਿਕਾਲ ਕੇ ਆਰਾਮ ਸੇ ਕੰਮ ਕਰ
ਹਰਮਨ ਵਾਲਾ ਕੋ ਹੈ JBL ਹਰਮਨ ਵਾਲਿਆਂ ਦਾ ਹਰਮਨ ਬ੍ਰਾਂਡ JBL ਸੇ ਕਨੋ ਇਹ ਤਾਂ ਓਰੀਜਨ ਨਾਲ ਦਾ ਹੀ ਹੈ ਨਾ ਹਾਂਜੀ ਹਾਂਜੀ ਇਧਰ ਦਿਖਾਣਾ ਦੱਸੋ ਲੋ ਜੀ ਦਿਖਾਈ ਦੇ ਬਾਈ ਜੀ ਆਪਣਾ ਬੇਸ ਦਾ ਕੰਮ ਜਿਹੜਾ ਹੋ ਗਿਆ ਐਂਪਰ ਖਾ ਲਿਆ ਆਪਾਂ ਨੇ ਗੱਡੀ 'ਚ ਵਾਇਰਿੰਗ ਆਪਣੇ ਬਾਈ ਤੋਂ ਕਰਾਈ ਹੈ ਬਾਈ ਦਾ ਨਾਮ ਹੈਗਾ ਹੁਸੈਨ ਹੁਸੈਨ ਬਾਈ ਜੀ ਆਪਣਾ ਅਤੇ ਬਾਈ ਦਾ ਕੰਮ ਬਹੁਤ ਵਧੀਆ ਬੜੇ ਸੋਹਣੇ ਤਰੀਕੇ ਨਾਲ ਬਾਈ ਨੇ ਕੰਮ ਕਰਿਆ ਕੋਈ ਕਾਹਲੀ ਨਹੀਂ ਕਰੀ ਤਕਰੀਬਨ ਘੰਟਾ ਡੇਢ ਘੰਟਾ ਸਾਨੂੰ ਲੱਗ ਗਿਆ ਅਤੇ ਬਹੁਤ ਸੋਹਣੀ ਬਾਈ ਨੇ ਵਾਇਰਿੰਗ ਕਰੀ ਹੈ ਬਾਈ ਆਪਣਾ ਨੰਬਰ ਦੱਸ ਦਿਓ ਅਤੇ ਆਪਣਾ ਬੂਥ ਨੰਬਰ ਦੱਸ ਦਿਓ ਮੇਰਾ ਨੰਬਰ ਹੈ 9855284517 ਮੇਰਾ ਨਾਮ ਹੁਸੈਨ ਹੈ ਸਰ ਇਹ ਮੋਹਾਲੀ ਸਾਥੀ ਮੋਟਰ ਮਾਰਕੀਟ ਮੈਂ ਹੈ ਇਹ ਹਮਾਰੀ ਸ਼ੋਪ ਨਾਮ ਸ਼ੋਪ ਦਾ ਨਾਮ ਹੈ ਸੰਤ ਮੋਟਰ 118 ਨੰਬਰ ਰੂਟ ਨੰਬਰ 118 ਸੰਤ ਮੋਟਰ 118 ਨੰਬਰ ਹੈ ਬਾਈ ਦਾ ਨਾਮ ਹੁਸੈਨ ਹੈ ਬਾਈ ਦਾ ਮੋਬਾਈਲ ਨੰਬਰ ਵੀ ਮੈਂ ਤੁਹਾਨੂੰ ਸ਼ੇਅਰ ਕਰ ਦੂੰਗਾ ਡਿਸਕ੍ਰਿਪਸ਼ਨ 'ਚ ਤੁਸੀਂ ਕਦੇ ਵੀ ਆ ਕੇ ਬਾਈ ਨਾਲ ਕੰਮ ਕਰਵਾ ਸਕਦੇ ਪੂਰਾ ਗਰੰਟੀ ਵਾਲਾ ਜ਼ਿੰਮੇਵਾਰੀ ਵਾਲਾ ਕੰਮ ਹੈ ਬਾਈ ਦੇ ਕੰਮ ਦੀ ਆਪਾਂ ਗਰੰਟੀ ਲੈ ਸਕਦੇ ਹਾਂ ਬਹੁਤ ਸੋਹਣਾ ਕੰਮ ਕਰਦਾ ਬਾਈ ਅਤੇ ਨੰਬਰ ਮੈਂ ਤੁਹਾਨੂੰ ਸ਼ੇਅਰ ਕਰ ਦੂੰਗਾ ਕਦੇ ਵੀ ਤੁਸੀਂ ਆਏ 7 ਫੇਸ ਬਾਈ ਨੂੰ ਫੋਨ ਕਰਕੇ ਰਿੰਗ ਕਰਕੇ ਕੰਮ ਕਰਵਾ ਸਕਦੇ ਹੋ ਲਓ ਜੀ ਵਾਇਰਿੰਗ ਵਗੈਰਾ ਕਰਾ ਕੇ ਐਂਪ ਵਗੈਰਾ ਲਵਾ ਕੇ ਆਪਾਂ 7 ਫੇਸ ਤੋਂ ਮਾਰਕੀਟ ਤੋਂ ਆ ਗਏ ਅਤੇ ਹੁਣ ਆਪਾਂ ਵਾਪਸ ਘਰ ਨੂੰ ਚੱਲੇ ਹਾਂ ਅੱਜ ਦੀ ਵੀਡੀਓ ਨੂੰ ਵਲੋਗ ਨੂੰ ਆਪਾਂ ਇੱਥੇ ਐਂਡ ਕਰਦੇ ਹਾਂ ਵੀਡੀਓ ਨੂੰ ਸ਼ੇਅਰ ਕਰਿਓ ਅਤੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਫੇਸਬੁੱਕ ਪੇਜ ਸੇਮ ਇਸੇ ਨਾਮ ਤੋਂ ਹੈ ਫੇਸਬੁੱਕ ਪੇਜ ਨੂੰ ਫੋਲੋ ਕਰਿਓ ਅਗਲੀ ਵੀਡੀਓ 'ਚ ਮਿਲਦੇ ਹਾਂ ਧੰਨਵਾਦ